ਰਿਕਾਰਡ ਤੋੜਨੇ। ਦੂਜੀ ਭਾਜੀ ਰਿਕਾਰਡ ਬਣਦੇ ਆ, ਰਿਕਾਰਡ ਤੋੜਦੇ ਆ। ਉਹ ਦੀਪ ਖੋਡੀ ਪਾ ਰਿਹਾ ਦਪੁਰ ਜੀ ਵਾਲਾ, ਆਓ ਸੀ ਦਪੁਰ ਜੀ ਵਾਲਾ ਦੀਪ ਸਵੇਰ ਰੇਡ ਪਾਉਣ ਲਈ ਬਣਿਆ ਹੋਇਆ। ਫਾਈਨਲ ਦੀ ਰੇਡ ਪਈ ਹੋਈ ਇੱਕ ਪਾਸੇ, ਆਓ ਦੇਖਾਂਗੇ ਗੁਰਦੇਵ ਕਬੱਡੀ ਦਾ ਟਾਰਗੇਟ ਤੇ ਦੀਪ ਦਪੁਰ ਜੀ ਵਾਲਾ ਲੱਖਾਂ ਜਾਂ ਨਾ। ਬਾਜ ਬਾਜ ਹੋ ਗਈ ਬੱਲੀਏ ਜਦੋਂ ਪੰਜਿਆਂ ਚ ਨਾਗ ਨੀ ਫਸਾਈ, ਪੰਜਿਆਂ ਚ ਨਾਗ ਨੀ ਫਸਾਈ। ਰਾਜੂ ਕੋਟ ਦੇ ਭੜੀ ਨੇ, ਆਓ ਸਭ ਨੇ ਰੇਡ ਪਾਈ ਇਧਰਲੇ ਪਾਸੇ। ਦੀਪ ਦਪੁਰ ਜੀ ਵਾਲਾ, ਦੀਪ ਦਪੁਰ ਜੀ ਨੂੰ ਵੱਜਦਾ ਜਾਂ ਖਡੂਰ ਸਾਹਿਬ ਨੂੰ ਵੱਜਦਾ ਜਾਂ ਕਿਸ਼ਨਗੜ੍ਹ ਨੂੰ, ਇਹਦੇ ਗੱਲ ਸਮੇਂ ਦੀ ਹੋਣੀ ਹੈ। ਉਹ ਸਾਹਮਣੇ ਦੀਪ ਦਪੁਰ ਜੀ ਵਾਲਾ, ਉਹ ਮੇਰੇ ਵੀਰੋ ਪੱਪੂ ਛਾਤੀ ਤੇ ਬਣਵਾਇਆ ਹੁਕਮ ਦਾ ਯੱਕਾ, ਪਰ ਆ ਕਹਿੰਦੇ ਸੱਤੂ ਖਡੂਰ ਸਾਹਿਬ ਦੀ ਧਰਤੀ ਦਾ। ਮੇਰੇ ਵੀਰੋ ਕਰਦਾ ਕੋਸ਼ਿਸ਼, ਪਰ ਨੰਬਰ ਦਪੁਰ ਜੀ ਵਾਲਾ ਦੀਪ ਸੰਗਦੇ ਪੁੱਤਰ ਦੀ, ਆਓ ਸਾਹਮਣੇ ਦੇਖਾਂਗੇ ਕਬੱਡੀ ਦਾ ਬ੍ਰੈਂਡਡ ਭਾਵੀ ਇਸ ਸਮੇਂ ਵਧਿਆ ਹੋਇਆ। ਦਪੁਰ ਜੀ ਵਾਲਾ ਦੀਪ ਹਰਮਨ ਚੀਤਿਆਂ ਵਾਲੇ ਦਾ ਚੰਡਿਆ ਹੋਇਆ ਖਿਡਾਰੀ ਇਸ ਵੇਲੇ ਰੇਡ ਬੋਲ ਲਈ ਬਣਿਆ ਹੋਇਆ। ਇੱਕ ਪਾਸੇ ਗੁਰਦੇਵ ਤੇ ਕਬੱਡੀ ਦਾ ਟਾਰਜਨ, ਉਹ ਗੱਲਾਂ ਖੇਡ ਕਬੱਡੀ ਦੀਆਂ ਅੱਜ ਦੀਨੇਵਾਲ ਦੀ ਧਰਤੀ ਤੇ। ਕਿਹੜਾ ਨੰਬਰ ਜੋੜ ਗਿਆ ਗੁਰਦਿੱਤ ਦੇ ਤਿੰਨ ਜਫੇ ਮੇਰੇ ਵੀਰੇ, ਇਹ ਭਗਵੰਤ ਯੂਕੇ ਰਣਵੀਰ ਜਰਮਨਜੀਤ ਤੇ ਹਨੀ ਯੂਕੇ, ਰਾਜੂ ਯੂਕੇ, ਸ਼ਹਿਨਸ਼ਾਹ ਤੇ ਗੁਰਪ੍ਰੀਤ ਜੈਲਾ ਤੇ ਨਾਲ ਬਰਲਾਜ ਸਾਡਾ ਭਰਾ, ਇਹਨਾਂ ਵੱਲੋਂ ਸ਼ਹੀ ਬਾਗਿਆਂ ਦਾ ਵੀ ਸਮੂਹ ਕਹਾਂਗੇ ਬਰਲਾਜ ਵੱਲੋਂ 1000 ਤੇਰੀ ਰੇਟ ਤੇ ਲਗਾਇਆ ਪੈਸੇ ਫੜ ਲਏ 1000। ਆਓ ਮੇਰੇ ਵੀਰੇ ਸਿੰਘੂ ਕੰਗ ਲਈ ਪੁੱਜ ਗਿਆ ਇਧਰ ਦਪੁਰ ਜੀ ਵਾਲਾ ਦੀਪ, ਉਹ ਗੁਰਦਿੱਤ 6000 ਦੇ ਤਿੰਨ ਦਫੇ, ਉਹ ਟਾਰਜਨ ਟਾਰਜਨ ਟਾਰਜਨ, ਉਹ ਕਿਸ਼ਨ ਗੜੀਆ ਇੱਕ ਪਾਸੇ ਗੁਰਦਿੱਤ ਇੱਕ ਪਾਸੇ ਦੀਪ, ਉਹ ਟੱਕਰ ਸਿਰੇ ਦੀ, ਉਹ ਵੱਜਦਾ ਮੇਰੇ ਵੀਰੇ ਜੋਰ ਤੇ 6000 ਦਿੱਤਾ ਜਾਣਾ ਦਪੁਰ ਜੀ ਵਾਲਾ ਦੀਪ। ਆਹ ਮੇਰੇ ਪੰਜਾਬੀ ਵੀਰੋ ਨੰਬਰ ਦੀਪ ਦਾ, ਨੰਬਰ ਦਪੁਰ ਜੀ ਵਾਲੇ ਦਾ, ਉਧਰ ਕਹਿੰਦੇ ਰੇਸ਼ਮ ਚੰਬਰ ਤਿਆਰ ਹੈ। 8000 ਕਿੰਨਾ ਬਣਾਇਆ ਵੀ ਦੱਸਦੇ ਹਬੀਬ, ਆਹ ਸਾਹਮਣੇ ਦਪੁਰ ਜੀ ਵਾਲਾ ਦੀਪ 8000 ਦੀ ਪਹਿਲੀ ਵੇਰ ਸਫਲ ਪਾ ਗਿਆ। ਮਾਨ ਸਿੰਘ ਜੀ ਬਾਗੜੀਆਂ ਨੂੰ 8000 ਲੈ ਜਾਓ ਵੀ ਦੀਪ ਦਾ, ਆ ਜਾਓ ਮੇਰੇ ਸ਼ਹਿਰ ਸ਼ਾ ਕੇ। ਹਾਂਜੀ, ਜਿੰਨੇ ਗੁਰਦਿੱਤ ਜਫੇ ਲਾਵੇਗਾ ਸ਼ਹਿਨਸ਼ਾਹ ਯੂਕੇ ਕਹਿੰਦਾ ਵੀ 1000 ਦਿੱਤਾ ਜਾਵੇਗਾ। ਉਹ ਸਾਹਮਣੇ ਗੁਰਦਿੱਤ ਇੱਕ ਪਾਸੇ ਹਰਪਾਲ ਕਾਲਮਾ ਵਾਲਾ, ਪਰ ਇੱਕ ਪਾਸੇ ਦਪੁਰ ਜੀ ਵਾਲਾ ਦੀਪ ਹੈ। ਨੰਬਰ ਦੀਪ ਨੇ ਜੋੜਿਆ, ਬਿਲਕੁਲ ਨੀ ਹੱਥ ਲਾਉਣਾ, ਪਲੇਅਰ ਹੋਏਗਾ ਉਹਦੇ ਘਰੇ ਹੋਏਗਾ। ਲਓ ਆਜ਼ਾਦ ਕਬੱਡੀ ਕਲੱਬ ਮੈਲਬੋਰਨ, ਲਓ ਗੁਰਦਿੱਤ ਦੇ ਤਿੰਨ ਜਫੇ 5000 3000 ਦੇ ਹੋਣਗੇ ਬਾਈ ਜੀ। ਹਰਦੀਪ ਜਿਹੜਾ 8000 ਸੀ ਦੀਪ ਦੀਆਂ ਰੇਟਾਂ ਦੇ ਲੱਗਿਆ, ਉਹ ਜਫਾ ਲੱਗ ਗਿਆ ਦੂਜੀ ਰੇਟ ਤੇ। ਭਾਈ ਜੀ ਆਵੇ ਤੁਹਾਡੇ ਲੱਗੇ ਖਲੋਤੇ ਭਾਜੀ ਨੀ ਭਗਵੰਤ ਜੀ, ਆਹ ਜਾਓ ਪੁੱਜ ਉੱਥੇ ਮੇਰੇ ਵਾਲੇ ਸੀ ਮੈਂ ਬੁਲਾਤੇ, ਆਹ ਲਓ ਪੈਸੇ। ਸੱਤੋ ਦਾ ਕਬੱਡੀ ਰੂਪ ਧਾਰ ਕੇ ਭਚਾਲਦਾ, ਪਰ ਹੁਣ ਕਹਿੰਦੇ ਦਪੁਰ ਜੀ ਵਾਲਾ ਦੀਪ ਆ ਗਿਆ। ਕਬੱਡੀ ਰੂਪ ਧਾਰ ਕੇ ਭਚਾਲਦਾ, ਪਰ ਹੁਣ ਕਹਿੰਦੇ ਦਪੁਰ ਜੀ ਵਾਲਾ ਦੀਪ ਆ ਗਿਆ। ਤਰਲੋਚਨ ਗਿੱਲ ਦਾ ਚਹੇਤਾ, ਮੈਨੂੰ ਲੱਗਦਾ ਖੇਡੂ ਇੰਗਲੈਂਡ। ਉਹ ਮੇਰੇ ਪੰਜਾਬੀ ਵੀਰੇ ਉਧਰ ਸੀਰਾ ਸੰਮੀਪੁਰੀ ਹੈ ਸਾਡਾ ਯੂਕੇ ਕਬੱਡੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ, ਉਹ ਵੀ ਲਾਈਵ ਜੁੜਿਆ। ਆ ਛੋਟਾ ਗੁਰਦਿੱਤਾ ਆਹ ਸਾਹਮਣੇ ਹੁਣ ਪਾਸੇ ਅਰਜੀ ਸੋਣਿਆ, ਇੱਕ ਪਾਸੇ ਦੀਪ ਦਪੁਰ ਜੀ ਵਾਲਾ ਤਗੜਾ ਨੰਬਰ ਜੋੜ ਗਿਆ ਵੀਰ ਜੀ। ਬਹੁਤ ਬਹੁਤ ਧੰਨਵਾਦ ਕਰਾਂਗੇ ਐਂਡ ਕਹਿੰਦੇ ਸੱਜਣਾ ਮਿੱਤਰਾਂ ਦੇ ਨਾਲ ਪੁੱਜੇ ਹੋਏ ਪਰ ਇਧਰਲੇ ਪਾਸੇ ਦੀਪ, ਉਹ ਦੀਪ, ਉਹ ਦੀਪ, ਸੱਤੂ, ਉਹ ਸੱਤੂ, ਉਹ ਦੀਪ, ਉਹ ਦੀਪ ਤੇ ਸੱਤੂ, ਐਂਡ ਕਹਿੰਦੇ ਦੀਪ।
5000 ਰੁਪਇਆ ਮੇਰੇ ਵੀਰੋ ਸੱਤੂ 5000 ਰੁਪਇਆ ਲੱਗ ਗਿਆ ਮੈਲਬੋਰ ਨਾਲ ਲੈ ਲਓ ਨਾ ਕੋਈ ਤਗੜਾ ਜੱਫਾ ਗੱਲਾਂ ਵੱਡੀਆਂ ਹੋਣਗੀਆਂ ਉਧਰ ਰਾਜੂ ਕੋਰਲੇ ਭਣੀ ਦੀਆਂ 2 ਰੇਡਾਂ 2000 ਦੀਆਂ ਅਨਮੋਲ ਕਲੇਰ ਆਸਟ੍ਰੇਲੀਆ ਤੇ ਹਰਜਾਪ ਕਲੇਰ ਵੱਲੋਂ ਪੈਣਗੀਆਂ ਹਸਨ ਯੂਕੇ ਤੇ ਸ਼ਾਨ ਯੂਕੇ ਤੇ ਪਵਨ ਸਾਡਾ ਕੰਗ ਯੂਕੇ ਐਨ ਕਹਿੰਦੇ ਵੱਡੀ ਗੱਲਾਂ ਭਰਾਵਾਂ ਵੱਲੋਂ ਹੋ ਵੱਡੀ ਮਾਇਆ ਦਿੱਤੀ ਜਾ ਰਹੀ ਆ ਤੇ ਅੱਜ ਕਹਿੰਦੇ ਭਰਾ ਛੋਟੇ ਛੋਟੇ ਬੱਚੇ ਲਾਈਵ ਗੁਰਦਿੱਤਾ ਇੱਕ ਪਾਸੇ ਦੀਪ ਹੈ ਟੱਕਰ ਸਿਰੇ ਦੀ ਹੈ ਆਓ ਦੀਪ ਦਵਰਜੀ ਵਾਲਾ ਰਾਜੂ ਦੀ 1 ਰੇਡ 1000 ਰੁਪਇਆ ਲਓ ਇਧਰਲੇ ਪਾਸੇ ਦੀਪ ਦਵਰਜੀ ਵਾਲਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਰੇਡ ਪਾਉਣ ਨੂੰ ਅੱਗੇ ਵਧਿਆ ਹੋਇਆ ਕਿਰਪਾ ਕਰਕੇ ਬਾਈ ਲਾਈਵ ਚੱਲਦਾ ਪਾਸੇ ਹੋ ਜਾਓ ਜਰਾ ਆਓ ਸਾਹਮਣੇ ਇੱਕ ਪਾਸੇ ਖਡੂਰ ਸਾਹਿਬ ਦੀ ਧਰਤੀ ਦਾ ਸੱਤੂ ਔਰ ਦੂਜੇ ਪਾਸੇ ਦੀਪ ਆ ਇੱਕ ਇੱਕ ਰੇਡ ਬਾਕੀ ਹੈ ਔਰ ਦੀਪ ਨੇ ਨੰਬਰ ਜੋੜ ਦਿੱਤਾ ਹੈ ਅੰਕੜਾ ਵੀ ਸਿਰੇ ਦਾ ਹੈ 27.5 ਤੇ 30 ਦਾ ਅੰਕੜਾ ਮੇਰੇ ਵੀਰੋ ਹੁਣ ਇੱਕ ਇੱਕ ਰੇਡ ਬਾਕੀ ਹੈ ਇੱਕ ਇੱਕ ਕਬੱਡੀ ਬਾਕੀ ਹੈ ਕੌਣ ਬੈਸਟ ਬਣੂਗਾ ਕੌਣ ਜਿੱਤਦਾ ਸਰਾ ਤ੍ਰਿਲੋਚਨ ਸਿੰਘ ਤੋਚੀ ਗਿੱਲ ਮੁਬਾਰਕਾਂ ਭਾਜੀ ਸੱਚੇ ਪਾਤਸ਼ਾਹ ਇਸ ਤੋਂ ਅਗਲੇ ਸਾਲ ਆਪਾਂ ਲਾਡੀ ਦੀ ਯਾਦ ਚ ਇਹਨੂੰ ਵੱਡਾ ਕਬੱਡੀ ਕੱਪ ਕਰਵਾਈਏ ਜਾਉਂਦੇ ਰਹੇ ਮਿਲਾਂਗੇ ਜੇ ਰੱਬ ਦਾ ਭਾਣਾ ਬਣ ਗਿਆ ਫਿਰ ਯਾਦਾਂ ਚਾਵਾਂਗੇ ਆਹ ਤ੍ਰਿਲੋਚਨ ਤੋਚੀ ਗਿੱਲ ਸਾਡਾ ਭਰਾ ਜੇ ਵਾਹਿਗੁਰੂ ਨੇ ਚਾਹਿਆ ਤਾਂ ਇੰਗਲੈਂਡ ਮਿਲਾਂਗੇ ਸੱਚੇ ਪਾਤਸ਼ਾਹ ਨੇ ਜੇ ਰਹਿਮਤ ਕਰਤੀ ਕਿਉਂਕਿ ਮੁੱਠੀ ਭਰ ਕੇ ਜਿੱਥੇ ਰੱਬ ਨੇ ਦਾਣੇ ਖਿਲਾਰਤੇ ਉਹ ਹਰ ਹੀਲੇ ਚੁਗਣੇ ਪੈਂਦੇ ਐ ਅੱਜ 3 ਟੂਰਨਾਮੈਂਟ ਸੀ ਭਾਜੀ 3 ਇੱਕ ਤੇ ਤਲਵਣ ਸੀ ਬੂਟੇ ਤਲਵਣ ਨਾਲ ਮੇਰਾ ਬਹੁਤ ਪਿਆਰ ਹੈ ਕਬੱਡੀ ਖਿਡਾਰੀ ਨਾਲ ਇੱਕ ਲੋਹੀਆਂ ਦੇ ਲਾਗੇ ਸੀ ਪਰ ਤੁਹਾਡੇ ਨਾਲ ਪਿਆਰੀ ਕਲੱਬ ਸੁਰ ਸਿੰਘ ਦੇ ਬੈਂਕਿਆਂ ਦੇ ਨੰਬਰ ਮਨਜੀਤ ਸਿੰਘ ਆ ਗਏ ਪੈਸੇ ਬਾਕੀ ਉਹ ਆ ਗਏ ਆਗੇ ਪੈਸੇ ਸਰ ਹਾਂ ਦੀਪ ਕਿਦਾਂ ਸੈਟ ਹੈ ਬੜਾ ਜ਼ੋਰ ਮਾਰਿਆ ਕਿਦਾਂ ਲੱਗਿਆ ਮੈਚ ਦੱਸ ਸਕਦਾ ਨਹੀਂ ਕਿਦਾਂ ਲੱਗਿਆ ਮੈਚ ਬਹੁਤ ਵਧੀਆ ਲੱਗਾ ਜੀ ਸਿਰਾ ਹੋ ਗਿਆ ਕੀ ਦਿਲ ਕੀ ਕਹਿੰਦਾ ਬੈਸਟ ਜਾਏਗਾ ਸੱਤਵਾਂ ਅੱਠਵਾਂ ਇਹ ਸਮਾਂ ਦੱਸਦਾ ਆਪਾਂ ਬੋਲਦੇ ਹਾਂ ਲਿਆਓ ਜੀ ਲੇਖਾ ਜੋਖਾ ਦੱਸੋ ਇਹਦੇ ਵਿੱਚ ਰਾਜੂ ਕੋਰਲੇ ਭਰੀਆਂ ਕਿੰਨੀਆਂ ਕਬੱਡੀਆਂ ਪਾਈਆਂ ਜੀ ਦੱਸਿਓ ਜਰਾ ਰਾਜੂ ਕੋਰਲੇ ਭਰੀ ਨੇ 17 ਕਬੱਡੀਆਂ ਪਾ ਕੇ 13 ਨੰਬਰ ਹਾਸਲ ਕੀਤੇ ਆ ਤੇ ਦਵੋਰਜੀ ਵਾਲੇ ਦੀਪ ਨੇ 16 ਕਬੱਡੀਆਂ ਪਾ ਕੇ ਤੇ 14 ਨੰਬਰ ਹਾਸਲ ਕੀਤੇ ਆ ਦਵੋਰਜੀ ਵਾਲਾ ਦੀਪ ਅੱਜ ਦੇ ਦੀਨੇ ਵਾਲੇ ਦੇ ਕਬੱਡੀ ਕੱਪ ਦਾ ਫੋਰ ਦਾ ਜੇਤੂ ਬੈਸਟ ਜਾਫੀ ਵੀ ਦੱਸਦੇ ਆ ਬੈਸਟ ਜਾਫੀਆਂ ਵਿੱਚੋਂ ਬੈਸਟ ਜਾਫੀ ਵੀ ਦੱਸਦੇ ਆ ਬੈਸਟ ਜਾਫੀਆਂ ਵਿੱਚੋਂ ਸੱਤੂ ਦੇ 8-8 ਦੇ 3 ਜਫੇ ਆ ਗੁਰਦਿੱਤ ਦੇ 11 ਟੱਚ ਦੇ 2 ਜਫੇ ਆ ਹਰਪਾਲ ਕਾਲਮਾ ਦੇ 4 ਟੱਚ ਦੇ 1 ਜਫਾ ਤੇ ਦੂਸਰੇ ਪਾਸੇ ਥਾਂਦੇ ਵਾਲੀਏ ਸੀਪੇ ਨੇ 6 ਟੱਚ ਦੇ 5 ਜਫੇ ਲਾਏ ਆ ਤੇ ਗਗਨ ਸੂਰੇ ਵਾਲੀਏ ਨੇ 11 ਟੱਚ ਤੇ 2 ਜਫੇ ਲਾਏ ਆ ਤੇ ਬੂਰੇ ਨੇ 6 ਟੱਚ ਦੇ 1 ਜਫਾ ਲਾਇਆ ਅੱਜ ਦੇ ਕਬੱਡੀ ਕੱਪ ਦਾ ਥਾਂਦੇ ਵਾਲੀਆ ਸੀਪਾ ਬੈਸਟ ਜਾਫੀ 4 ਦਾ ਜੇਤੂ ਆ